ਵਰਿਆਮ ਸਿੰਘ ਸੰਧੂ ਦੀ ਪੁਸਤਕ ਲੋਹੇ ਦੇ ਹੱਥ ਦੀ ਕਹਾਣੀ ਹੈ ਸਾਂਝ। ਤੇ ਆਖਰ ਉਹਨੂੰ ਉਹਦੇ ਪਿੰਡ ਦੇ ਸਕੂਲ ਮਾਸਟਰ ਨੇ ਮੁੱਲ ਦੀ ਔਰਤ ਲਿਆਈ ਦਿੱਤੀ। ਸ਼ਾਮ ਦੇ ਇੱਕ ਸਮੋਸੇ ਵਿੱਚ ਜਦੋਂ ਉਸ ਪੀਲੀ ਜਿਹੀ ਔਰਤ ਨੂੰ ਸਕੂਲ ਮਾਸਟਰ ਉਹਦੀ ਕੋਠੜੀ 'ਚ ਛੱਡ ਕੇ ਗਿਆ ਤਾਂ ਉਹਨੂੰ ਲੱਗਾ ਉਹਦਾ ਦਿਲ ਉਹਦਾ ਸਾਥ ਛੱਡਦਾ ਜਾ ਰਿਹਾ ਹੈ, ਉਹਦਾ ਹੌਸਲਾ ਰੇਤਲੀ ਮਿੱਟੀ ਵਾਂਗ ਭੁਰਦਾ ਜਾ ਰਿਹਾ ਸੀ। ਸਾਹਮਣੇ ਮੰਜੀ ਉੱਤੇ ਮੈਲੇ ਪਾਟੇ ਕੱਪੜਿਆਂ 'ਚੋਂ ਬੈਠੀ ਸੀ ਪਤਲੇ ਹੋਂਠ, ਲੰਮੀ ਸੁੱਕੀ ਗਿਰਜ ਵਰਗੀ ਧੌਣ, ਖੜ ਸੋਕੜ ਸਰੀਰ ਪਰ ਅੱਖਾਂ ਮੋਟੀਆਂ ਅਤੇ ਚਮਕਦਾਰ, ਜਿਨ੍ਹਾਂ ਕਰਕੇ ਉਹਨੂੰ ਖੂਬਸੂਰਤ ਆਖਣ ਵਾਲੇ ਦੀ ਗੁਸਤਾਖੀ ਮਾਫ਼ ਕੀਤੀ ਜਾ ਸਕਦੀ ਸੀ। ਅੱਖਾਂ ਅਜਬ ਚਮਕਦੀ ਭੁੱਖ ਦੀਆਂ ਸੂਚਕ, ਅੱਖਾਂ ਉਹਦੀ ਕਿਸੇ ਸਮੇਂ ਦੀ ਖੂਬਸੂਰਤੀ ਦੀਆਂ ਗਵਾਹ। ਉਹ ਚਾਹੁੰਦਾ ਸੀ ਕੋਈ ਗੱਲ ਛੇੜੇ ਪਰ ਸ਼ਬਦ ਹੋਠਾਂ ਤੱਕ ਪਹੁੰਚਣ ਤੋਂ ਪਹਿਲਾਂ ਪਤਾ ਨਹੀਂ ਕਿੱਧਰ ਤਿਲਕਦੇ ਜਾ ਰਹੇ ਸਨ। ਤੇਰਾ ਨਾਮ ਭਲੀਏ ਲੋਕੇ, ਉਸ ਕਰੜ ਬਰੜੀ ਦਾੜੀ ਉੱਤੇ ਹੱਥ ਫੇਰ ਕੇ ਆਸਰਾ ਪਾ ਲਿਆ। ਇੱਕ ਭੁੱਖੀ ਔਰਤ, ਸ਼ਾਇਦ ਔਰਤ ਵੀ ਨਹੀਂ ਇੱਕ ਭੁੱਖੀ। ਉਹਦੀ ਆਵਾਜ਼ ਤੋਂ ਮਗਰੋਂ ਕਮਰੇ 'ਚ ਮੌਤ ਵਰਗੀ ਖਾਮੋਸ਼ੀ ਛਾ ਗਈ। ਉਹਨੇ ਇਹ ਕਿਹੋ ਜਿਹੀ ਗੱਲ ਕਰ ਦਿੱਤੀ ਸੀ? ਉਹ ਧੁੰਦਲੀਆਂ ਅੱਖਾਂ ਵਿੱਚੋਂ ਉਸ ਅਜੀਬ ਔਰਤ ਦੇ ਚਿਹਰੇ ਵੱਲ ਤੱਕਣ ਲੱਗਾ। ਉਹਦੀਆਂ ਅੱਖਾਂ ਦੀ ਭੁੱਖ ਵਿੱਚ ਉਹਨੂੰ ਆਪਣੀ ਭੁੱਖ ਵੀ ਸ਼ਾਮਲ ਦਿਸੀ। ਦੂਜੀ ਵੱਡੀ ਜੰਗ ਨੇ ਉਹਦੀ ਜਵਾਨੀ ਖਾ ਲਈ ਸੀ ਅਤੇ ਹੁਣ ਉਹ ਹਰ ਰੋਜ਼ ਢਿੱਡ ਦੀ ਜੰਗ ਲੜਦਾ ਆ ਰਿਹਾ ਸੀ ਅਤੇ ਇਹ ਢਿੱਡ ਦੀ ਜੰਗ ਵੀ ਉਹਨੂੰ ਥੋੜ੍ਹਾ ਥੋੜ੍ਹਾ ਕਰਕੇ ਖਾਈ ਜਾ ਰਹੀ ਸੀ ਅਤੇ ਸ਼ਾਇਦ ਉਸ ਔਰਤ ਨੇ ਵੀ ਹੁਣੇ ਇਸੇ ਜੰਗ ਦੀ ਗੱਲ ਕੀਤੀ ਸੀ। ਉਹਨੂੰ ਲੱਗਾ ਉਸ ਔਰਤ ਦਾ ਅਤੇ ਉਹਦਾ ਆਪਣਾ ਬੜਾ ਕੁਝ ਸਾਂਝਾ। ਉਹਨੇ ਆਪਣੇ ਨਾਂ ਦੀ ਥਾਂ ਭੁੱਖੀ ਦੱਸ ਕੇ ਆਪਣੇ ਆਪ ਨੂੰ ਉਸਦੇ ਹੋਰ ਨੇੜੇ ਲੈ ਆਉਂਦਾ। ਉੱਠ ਕੇ ਉਸਦੇ ਕੋਲ ਆ ਗਿਆ, ਮੰਜੀ ਦੀ ਹੀਂ 'ਤੇ ਉਹਦੇ ਕੋਲ ਬੈਠ ਗਿਆ। ਔਰਤ ਹਿੱਲੀ ਨਹੀਂ, ਚੁੱਪ ਦੀ ਚੁੱਪ, ਖਾਮੋਸ਼ ਦੀ ਖਾਮੋਸ਼, ਪੱਥਰ ਵਾਂਗ ਅਹਿਲ, ਜਿਵੇਂ ਕਿਸੇ ਸੁਪਨੇ 'ਚ ਗੁਆਚੀ ਸੀ ਜਾਂ ਖਬਰੇ ਸੁਪਨਾ ਉਸ 'ਚ ਗੁਆਚਾ ਸੀ। ਉਹ ਬੈਠਾ ਰਿਹਾ, ਉਹਦੀ ਵੀਣੀ ਫੜਨ ਲਈ ਉੱਠਿਆ, ਹੱਥ ਕੰਬ ਕੇ ਉਹਦੇ ਪੱਟ ਉੱਤੇ ਡਿੱਗ ਪਿਆ, ਉਹਦੇ ਅੰਦਰ ਕੜਕਚ ਕਰਕੇ ਜਿਵੇਂ ਕੁਝ ਟੁੱਟ ਗਿਆ ਸੀ। ਕਿੰਨੇ ਸਾਲ ਪਿੱਛੇ ਉਹਦਾ ਵਿਆਹ ਸੀ ਅਤੇ ਅਜੇ ਵਿਆਹ ਲਈ ਮੰਨਦਾ ਨਹੀਂ ਸੀ। ਉੱਧਰੋਂ ਉਹਨੂੰ ਘੋੜੀ ਚੜ੍ਹਾਉਣ ਦਾ ਸਮਾਂ ਅਤੇ ਉਹ ਲੱਭਦਾ ਨਹੀਂ ਸੀ ਪਿਆ। ਕਿਸੇ ਆ ਕੇ ਦੱਸਿਆ ਉਹ ਤਾਂ ਸੂਏ ਦੇ ਪੁਲ ਹੇਠ ਲੁਕਿਆ ਬੈਠਾ ਸੀ, ਤਰਲੇ ਕਰਕੇ ਬਦੋ ਬਦੀ ਫੜ ਕੇ ਉਹਨੂੰ ਪਿੰਡ ਲਿਆ ਰਹੇ ਸਨ ਅਤੇ ਉਹ ਕਹਿੰਦਾ ਪਿਆ ਸੀ ਮੈਨੂੰ ਪਿੰਡ ਲਿਜਾਣ ਦੀ ਥਾਂ ਮੜੀਆਂ ਵੱਲ ਲੈ ਜਾਓ। ਫਿਰ ਗੋਰੀ ਚਿੱਟੀ ਗਰਮ ਵਾਟੀ ਨਾਲ ਬਿਤਾਈਆਂ ਕੁਝ ਰਾਤਾਂ, ਫੌਜ ਦੀ ਨੌਕਰੀ ਅਤੇ ਇੱਕ ਛੁੱਟੀ, ਉਹਨੂੰ ਆਉਣ ਤੋਂ ਪਤਾ ਲੱਗਾ ਉਹਦੀ ਵਹੁਟੀ ਕਿਸੇ ਨਾਲ ਉੱਧਲ ਗਈ ਸੀ। ਲੋਕ ਉਹਦੇ 'ਤੇ ਹੱਸਦੇ ਅਤੇ ਕਹਿੰਦੇ ਇਹ ਤਾਂ ਅੱਗੇ ਵਿਆਹ ਲਈ ਨਹੀਂ ਸੀ ਮੰਨਦਾ, ਚਲੋ ਵਿਚਾਰੇ ਨੂੰ ਛੁਟਕਾਰਾ ਮਿਲਿਆ। ਉਹਦਾ ਜੀ ਕਰਦਾ ਉਹ ਅਜਿਹੇ ਮਿਹਰਬਾਨਾਂ ਦਾ ਮੂੰਹ ਭੰਨ ਸੁੱਟੇ, ਚਿਹਰਾ ਨੋਚ ਲਏ ਅਤੇ ਉਹ ਗੋਰੀ ਚਿੱਟੀ ਗਰਮ ਅੰਗਾਂ ਵਾਲੀ ਪਤਨੀ ਦੀ ਯਾਦ 'ਚ ਭੁੱਜਦਾ ਰਿਹਾ, ਘੁਲਦਾ ਰਿਹਾ। ਇੰਨੇ ਸਾਲਾਂ ਦੀ ਇਹ ਕੱਲ੍ਹ ਉਹਦੇ ਅੰਦਰ ਬੜਾ ਵੱਡਾ ਖਿਲਾਅ ਪੈਦਾ ਹੋ ਗਿਆ। ਉਹਨੂੰ ਔਰਤ ਦੀ ਲੋੜ ਸੀ ਪਰ ਕਰਨੀ ਸ਼ਰੀਕਾਂ ਦੀ, ਹੋਰ ਕੋਈ ਸਾਕ ਉਸ ਨੂੰ ਹੋ ਹੀ ਨਾ ਸਕਿਆ। ਉਹਨੂੰ ਲੱਗਦਾ ਉਹਦੇ ਅੰਦਰ ਬੜਾ ਕੁਝ ਖਾਲੀ ਖਾਲੀ ਹੈ, ਉਹਨਾਂ ਆਉਣਾ ਹੈ ਜਿਹਨੂੰ ਭਰਨ ਲਈ ਉਹਨੂੰ ਇੱਕ ਔਰਤ ਦੀ ਲੋੜ ਸੀ, ਔਰਤ ਦੀ ਲੋੜ। ਅਤੇ ਇਸ ਲਈ ਉਹਨੇ ਭਲਾ ਕਿਸੇ ਦਾ ਤਰਲਾ ਨਹੀਂ ਸੀ ਮਾਰਿਆ ਅਤੇ ਅਖੀਰ ਇੰਨੇ ਸਾਲਾਂ ਪਿੱਛੋਂ ਉਹਦੇ ਪਿੰਡ ਦੇ ਸਕੂਲ ਮਾਸਟਰ ਨੇ ਉਹਨੂੰ ਮੁੱਲ ਦੀ ਔਰਤ ਲਿਆਈ ਦਿੱਤੀ ਸੀ। ਉਹ ਸਰਕ ਕੇ ਉਹਦੇ ਹੋਰ ਨੇੜੇ ਹੋ ਗਿਆ, ਉਹਨੂੰ ਡੋਲੇ ਤੋਂ ਫੜਿਆ। ਉਹ ਠਰੀ ਠੰਡੇ ਮਾਸ ਵਾਲੀ ਔਰਤ, ਪਰ ਉਹਦਾ ਆਪਣਾ ਆਪ ਧੁਰ ਅੰਦਰ ਤੱਕ ਕੰਬ ਉੱਠਿਆ। ਤੇਰੀ ਕਿੰਨੀ ਕੁ ਉਮਰ ਹੋਏਗੀ, ਉਹਨੇ ਉਹਨੂੰ ਹਾੜਨਾ ਚਾਹਿਆ। ਉਮਰ ਉਮਰ ਤਾਂ ਜਿਉਂਦਿਆਂ ਦੀ ਹੁੰਦੀ ਹੈ, ਉਹ ਛੱਤ ਦੀ ਸਿਉਂਕ ਲੱਗੀ ਸ਼ਤੀਰੀ ਵੱਲ ਕਿੰਨਾ ਚਿਰ ਵੇਖਦੀ ਰਹੀ। ਉਂਝ ਮਰ ਮੈਂ ਉਦੋਂ ਹੀ ਗਈ ਸੀ ਜਦੋਂ ਆਪਣੇ ਪਿੰਡ ਦੇ ਸ਼ਾਹਾਂ ਦੇ ਮੁੰਡੇ ਨਾਲ ਨਿਕਲ ਗਈ ਸੀ। 15 ਦਿਨੀ ਉਹ ਮੈਨੂੰ ਕਿਸੇ ਕੋਲ ਵੇਚ ਗਿਆ ਅਤੇ ਫਿਰ ਇੱਕ ਥਾਂ ਤੋਂ ਦੂਜੀ ਥਾਂ ਹਰ ਰੋਜ਼ ਮੈਂ ਮਰਦੀ ਰਹੀ ਹਾਂ ਅਤੇ ਹੁਣ ਸਾਲਾਂ ਦੀ ਗਿਣਤੀ ਕਰਨ ਦੀ ਮੈਨੂੰ ਕਦੀ ਲੋੜ ਨਹੀਂ ਭਾਸੀ। ਹੁਣ ਤਾਂ ਮੈਨੂੰ ਕੇਵਲ ਢਿੱਡ ਦੀ ਰੋਟੀ ਦੀ ਲੋੜ। ਉਹਨੇ ਉਹਦੀਆਂ ਅੱਧੀਆਂ ਗੱਲਾਂ ਸੁਣੀਆਂ ਅਤੇ ਅੱਧੀਆਂ ਨਹੀਂ ਸੁਣੀਆਂ। ਉਹਦੀ ਅਵਸਥਾ ਹੀ ਇੰਜ ਦੀ ਸੀ, ਉਹਦੀ ਸੋਚ ਤਿਲਕ ਤਿਲਕ ਪੈਂਦੀ ਸੀ, ਥਿੜਕ ਥਿੜਕ ਪੈਂਦੀ ਸੀ। ਉਹ ਵਧਿਆ ਅਤੇ ਉਸ ਔਰਤ ਨੂੰ ਆਪਣੇ ਨਾਲ ਘੁੱਟ ਲਿਆ, ਠੰਡੀ ਠਾਰ, ਪੱਥਰ ਵਾਂਗ ਬੇਹਰਕਤ, ਜਿਵੇਂ ਉਹਦੇ ਸਰੀਰ 'ਚੋਂ ਆਖਰੀ ਜ਼ਿੰਦਗੀ ਤੱਕ ਬੁੱਝ ਚੁੱਕੀ ਸੀ। ਉਹ ਕਈ ਮਿੰਟ ਉਹਦੇ ਸਰੀਰ ਨੂੰ ਚੁੰਮਦਾ ਰਿਹਾ, ਰਬੜ ਦੀ ਗੁੱਡੀ ਵਾਂਗ ਜਿੱਧਰ ਜੀ ਆਵੇ ਉਹਦੇ ਅੰਗਾਂ ਨੂੰ ਮੋੜਦਾ ਰਿਹਾ, ਪਰ ਉਹਦਾ ਆਪਣਾ ਸਰੀਰ ਸਾਥ ਨਹੀਂ ਸੀ ਦੇ ਰਿਹਾ। ਉਹ ਜਿਵੇਂ ਉੱਚੀ ਪਹਾੜੀ ਤੋਂ ਤਿਲਕਦਾ ਤਿਲਕਦਾ ਖੱਡ 'ਚ ਡਿੱਗਦਾ ਜਾ ਰਿਹਾ ਸੀ, ਪਸੀਨਾ ਉਹਦੇ ਮੱਥੇ 'ਤੇ ਚੋ ਰਿਹਾ ਸੀ, ਪੁੜਪੜੀ ਦੀਆਂ ਨਾੜਾਂ ਟੱਕ ਟੱਕ ਕਰ ਰਹੀਆਂ ਸਨ। ਅਤੇ ਉਹਨੂੰ ਸੋਚ ਆਈ ਉਹਨੂੰ ਹੁਣ ਪੁਲ ਹੇਠ ਜਾ ਕੇ ਲੁਕਣਾ ਚਾਹੀਦਾ ਸੀ, ਅਤੇ ਉਹਦੀਆਂ ਕੰਬਦੀਆਂ ਬਾਹਾਂ ਠੰਡੀ ਠਾਰ ਬੇਹਰਕਤ ਔਰਤ ਦੇ ਦੁਆਲਿਓਂ ਟੁੱਟ ਗਈਆਂ।
ਉਸ ਥਿੜਕਦੇ ਬੋਲਾਂ 'ਚ ਉਹਨੂੰ ਪੁੱਛਿਆ, ਤੈਨੂੰ ਭੁੱਖ ਲੱਗੀ ਹੋਏਗੀ ਹੈ ਨਾ? ਉਹ ਅੱਖਾਂ ਮੀਚ ਲੈਣੀਆਂ ਚਾਹੁੰਦੀਆਂ ਸੀ। ਔਰਤ ਨੇ ਮੋਟੀਆਂ ਲਚਕਦਾਰ ਅੱਖਾਂ ਉਸ ਵੱਲ ਫੇਰੀਆਂ ਅਤੇ ਮੁਸਕਾਈ, ਆਹੋ ਪੀਪੇ 'ਚ ਆਟਾ ਲੈ ਕੇ ਰੋਟੀ ਪਕਾ ਫਿਰ ਖਾਈਏ। ਉਹ ਸ਼ਰਮਿੰਦਗੀ ਦਾ ਅਹਿਸਾਸ ਲੁਕਾਉਂਦਿਆਂ ਉਸ ਨਾਲੋਂ ਉੱਠਣ ਲੱਗਾ ਤਾਂ ਉਸ ਠੰਡੀ ਠਾਰ ਔਰਤ ਦੀਆਂ ਬੇਹਰਕਤ ਬਾਹਾਂ 'ਚ ਹਰਕਤ ਆ ਗਈ। ਉਸ ਔਰਤ ਨੇ ਉਹਨੂੰ ਆਪਣੇ ਨਾਲ ਘੁੱਟ ਲਿਆ ਅਤੇ ਠਰੇ ਹੋਠਾਂ ਨਾਲ ਉਹਦੇ ਮੱਥੇ ਨੂੰ ਚੁੰਮ ਲਿਆ ਅਤੇ ਫਿਰ ਉਸ ਤੋਂ ਆਟੇ ਵਾਲੇ ਪੀਪੇ ਬਾਰੇ ਪੁੱਛਣ ਲੱਗੀ। ਧੰਨਵਾਦ। ਵਰਿਆਮ ਸਿੰਘ ਸੰਧੂ ਦੀ ਪੁਸਤਕ ਲੋਹੇ ਦੇ ਹੱਥ ਦੀ ਕਹਾਣੀ ਹੈ ਪੁੱਛਣਾ, ਛੋਟੀ ਕਹਾਣੀ। ਦੇਵੀ ਮਾਤਾ ਖੇਡ ਕੇ ਦੁਖੀਆਂ ਦੀਆਂ ਪੁੱਛਣਾਂ ਦਾ ਉੱਤਰ ਦੇ ਰਹੀ ਸੀ। ਉਹ ਵੀ ਗਿਆ ਅਤੇ ਕਹਿਣ ਲੱਗਾ, ਦੇਵੀ ਜੀ ਮੈਂ ਦਿਨੋਂ ਦਿਨ ਕਮਜ਼ੋਰ ਹੋ ਰਿਹਾ, ਖਾਧਾ ਪੀਤਾ ਲੱਗਦਾ ਨਹੀਂ, ਕੀ ਕਾਰਨ? ਦੇਵੀ ਪੂਰੇ ਜੋਸ਼ੋ ਖਰੋਸ਼ 'ਚ ਸਿਰ ਫੇਰਨ ਲੱਗੀ। ਡਰਾਉਣੀ ਚੁੱਪ ਵਿੱਚ ਉਹਦੇ ਬੋਲ ਉੱਭਰੇ, ਤੂੰ ਕਿਸੇ ਪੱਕੀ ਥਾਂ 'ਤੇ ਛਾਵੇਂ ਪਿਸ਼ਾਬ ਕੀਤਾ ਸੀ, ਉਹ ਕਿਸੇ ਪੀਰ ਦੀ ਜਗ੍ਹਾ ਸੀ, ਹੁਣ ਉਹ ਤੈਨੂੰ ਚੰਬੜਿਆ ਹੋਇਆ ਅਤੇ ਦਿਨ ਰਾਤ ਤੇਰਾ ਲਹੂ ਪੀਂਦਾ। ਉਹਦੇ ਮੱਥੇ 'ਤੇ ਇੱਕ ਸ਼ਰਾਰਤੀ ਤਿਉੜੀ ਉੱਭਰੀ ਅਤੇ ਮੁੱਛਾਂ 'ਤੇ ਹੱਥ ਫੇਰ ਕੇ ਖੰਘੂਰਿਆ, ਦੇਵੀ ਜੀ ਇੱਕ ਗੱਲ ਮੈਂ ਵੀ ਕਰਨੀ ਹੈ। ਦੇਵੀ ਸਣੇ ਸਾਰੇ ਸ਼ਰਧਾਲੂਆਂ 'ਤੇ ਢੋਲਕੀਆਂ ਛੈਣੇ ਜਿਵੇਂ ਉਹਦੀ ਆਵਾਜ਼ ਸੁਣਨ ਲਈ ਚੁੱਪ ਹੋ ਗਏ। ਗੱਲ ਇੰਝ ਹੈ ਮਾਤਾ ਜੀ, ਤੁਸੀਂ ਵੀ ਸਿਆਣੇ ਹੋ, ਝੂਠ ਤਾਂ ਕਹਿੰਦੇ ਨਹੀਂ ਹੋਵੋਗੇ, ਪਰ ਮੇਰੀ ਬੇਨਤੀ ਹੈ ਕਿ ਮੈਂ ਤਾਂ ਸਧਾਰਨ ਆਦਮੀ ਸਾਂ, ਮੰਨਦਾ ਪਿਸ਼ਾਬ ਕਰ ਬੈਠਾ ਹੋਵਾਂਗਾ ਅਤੇ ਇੱਕ ਸਧਾਰਨ ਆਦਮੀ ਹੋਣ ਦੇ ਨਾਤੇ ਪੀਰ ਜੀ ਤਾਂ ਮੈਨੂੰ ਦਿਸਦੇ ਨਹੀਂ ਸਨ, ਪਰ ਜਦੋਂ ਮੈਂ ਜੋ ਆਪਣਾ ਪਹੁੰਚਾ ਉਤਾਂਹ ਚੁੱਕੀ ਜਾਂਦਾ ਸਾਂ ਤਾਂ ਪੀਰ ਜੀ ਨੂੰ ਨਾ ਦਿਸਿਆ ਵੀ ਇਹ ਭਲਾ ਮਾਨਸ ਕਿਹੜਾ ਕੰਮ ਕਰਨ ਤੋਂ ਰਿਹਾ ਹੁੰਦਾ, ਪਾਸੇ ਹਟ ਜਾਂਦਾ, ਪਹਿਲਾਂ ਕੰਜਰ ਚੁੱਪ ਕਰਕੇ ਬੈਠਾ ਰਿਹਾ ਅਤੇ ਫਿਰ ਸਿਰ 'ਚ ਮੁਤਾ ਲਿਆ ਅਤੇ ਹੁਣ ਸੋਰੀ ਦਾ ਮੇਰਾ ਲਹੂ ਪੀਂਦਾ ਫਿਰਦਾ ਸਾਲਾ ਮੇਰਾ। ਅਤੇ ਸ਼ਰਧਾਲੂਆਂ ਨੂੰ ਇੰਝ ਲੱਗਾ ਜਿਵੇਂ ਉਹਦੇ ਕਰੜੇ ਬੋਲਾਂ ਨੇ ਦੇਵੀ ਦੇ ਖਿਲਰੇ ਜੁੰਡਿਆਂ ਨੂੰ ਹੱਥ ਪਾ ਲਿਆ ਹੋਵੇ। ਧੰਨਵਾਦ।